ਮੈਂ ਗੁਲਜ਼ਾਰ ਸਿੰਘ ਪਿੰਡ ਭੰਬਾ ਜੀ ਬਲਾਕ ਸਮਿਤੀ ਮੈਂਬਰ ਹਾਂ ਜੀ। ਇੱਥੇ ਇਹਨਾਂ ਜ਼ਿਮੀਂਦਾਰਾਂ ਨੇ ਕੁਛ ਆਪਦਾ ਖਰਚਾ ਕਰਕੇ ਬੰਨਿਆ ਸੀ ਮਣੇ ਮਣੇ ਅਤੇ ਉਹ 6-7 ਫੁੱਟ ਉੱਚਾ, ਪਰ ਉਹ ਬੰਨ ਟੁੱਟਣ ਕਾਰਨ ਜਿਹੜੀ ਜ਼ਮੀਨ ਹੈ ਸਾਰਿਆਂ ਦਾ ਫਸਲ ਜੋ ਵੀ ਬੀਜਿਆ ਹੋਇਆ ਸਾਰਾ ਖਤਮ ਹੋ ਚੁੱਕਾ ਹੈ। ਅੱਜ ਤੋਂ ਹੁਣ ਇਸ ਟਾਈਮ 12 ਵੱਜਣ ਵਾਲੇ ਨੇ, ਕੋਈ ਪ੍ਰਸ਼ਾਸਨ ਨੇ ਆ ਤੇ ਪਤਾ ਨਹੀਂ ਲਿਆ, ਅਤੇ ਇੱਥੇ ਸਿਰਫ BSA ਤਾਰ ਤੋਂ ਅੱਗੇ ਰਕਬਾ ਨਾ ਹੀ ਜਾਣ ਦਿੰਦੇ ਨੇ। ਅਤੇ ਇਹਨਾਂ ਨੂੰ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਦਾ ਬਣਦਾ ਖਰਚਾ ਸਰਕਾਰ ਇਹਨਾਂ ਦੀ ਮਦਦ ਕਰੇ, ਇਹ ਉਹ ਇਹਨਾਂ ਦਾ ਰੋਟੀ ਪਾਣੀ ਦਾ ਚੱਲਦਾ ਹੈ। ਹੋਰ ਕੋਈ ਤੇਲੂ ਮਾਲ 'ਚ ਥੋੜ੍ਹੀ ਬਹੁਤੀ ਮਾਲਕੀ ਜ਼ਮੀਨ ਹੈ, ਬਾਕੀ ਤਾਂ ਉਹ ਸਰਕਾਰੀ ਹੈ। ਉਹਦਾ ਤਾਂ ਕੋਈ ਨਹੀਂ, ਉਹ ਤਾਂ 45 ਲੱਗੀ, ਉਹ ਤਾਂ ਰੋਲਾ ਚੱਲ ਰਿਹਾ, ਅਤੇ ਬਾਕੀ ਜਿਹੜੀ 100 ਕਿੱਲਾ ਜ਼ਮੀਨ ਹੈਗੀ ਹੁਣ ਮਾਲਕਾਂ। ਹਾਂਜੀ, ਮੇਰਾ ਨਾਂ ਜੀ ਮੁਖਤਿਆਰ ਸਿੰਘ, ਪਿੰਡ ਪੰਮਾ ਜੀ ਦਾ ਰਹਿਣ ਵਾਲਾ। ਸਾਡਾ ਰਕਬਾ ਜ਼ਮੀਨ ਦਾ ਜੋ ਤਾਰ ਤੋਂ ਪਾਰ ਹੈ, ਪਿੰਡ ਗੰਦੂ ਕਲਚੇ ਤਾੜ 'ਚ 400 ਰਕਬਾ ਜ਼ਮੀਨ ਹੈ, ਜਿਹੜੀ ਰਾਤ ਪਾਣੀ ਜ਼ਿਆਦਾ ਵਧਣ ਕਰ ਬੰਨ ਜੋ ਬੰਨਿਆ ਸਹੀ ਸਾਰਾ ਬੰਨ ਟੁੱਟ ਚੁੱਕਾ। ਕੋਈ ਸਾਡਾ ਪੱਠਾ ਨਹੀਂ ਬਚਿਆ, ਕੋਈ ਮੋਟਰ ਨਹੀਂ ਬਚੀ। ਪ੍ਰਸ਼ਾਸਨ ਸਾਡੇ ਕੋਲ ਕੋਈ ਸਵਾ ਤੜਕੇ ਦਲਾ ਗੇੜਾ ਨਹੀਂ ਮਾਰਿਆ, ਕਿਸੇ ਸਾਡੀ ਆਵਾਜ਼ ਨਹੀਂ ਪੁੱਛੀ। ਅਸੀਂ ਪ੍ਰਸ਼ਾਸਨ ਅੱਗੇ ਇਹ ਮਿਹਨਤ ਕਰਨੇ ਹਾਂ, ਬਹੁਤ ਦਿੰਦੇ ਨੇ ਜਾਇਆ ਕਿਸਾਨ ਜਾਇਆ ਜਾਣ, ਪਰ ਕਿਸਾਨ ਜਿਹੜਾ ਕਿਸਾਨ ਦਾ ਮੁੱਦਾ ਉਹੀ ਹੈ ਫਸਲ ਨਾਲ। ਜੇਕਰ ਸਾਡਾ ਫਸਲ ਅਧਿਕਾਰ ਸਾਨੂੰ ਜੇ ਮਾਜਵਾ ਵੱਧ ਤੋਂ ਵੱਧ ਨਾ ਦਿੱਤਾ ਜਾਵੇ ਤਾਂ ਕਿਸਾਨ ਅੱਜ ਹੀ ਮਰਿਆ ਤਾਂ ਕੱਲ੍ਹ ਹੀ ਮਰਿਆ ਸਾਡਾ। ਹਾਂਜੀ, ਸਾਡੀ ਮੇਨ ਮੰਗ ਇਹ ਪ੍ਰਸ਼ਾਸਨ ਅੱਗੇ, ਜਿਹੜਾ ਇਸ ਮੇਨ ਪੱਕੇ ਬੰਨ ਤੋਂ ਕੱਚਾ ਬੰਨ ਸੀ ਬੰਨਿਆ ਸੀ, ਉਹ ਸਾਡਾ ਬੰਨ ਜਾਣੀ ਕਿ ਇਸ ਤੋਂ ਬਾਅਦ ਕਾਂਯਾਬ ਕੀਤਾ ਜਾਵੇ, ਪੱਕਾ ਹੋ ਜਾਵੇ। ਔਰ ਉਸ ਤੋਂ ਇਲਾਵਾ 601 ਸਾਡੀ ਨੋਚ ਅੱਗੇ ਹੈ, ਉਹ ਅੱਗੇ ਦਰਿਆ 'ਤੇ ਚਲੀ ਜਾਵੇ। ਜੇ ਇਹ ਸਾਡਾ ਰਕਬਾ ਜਿੰਨਾ ਗੰਦੂ ਕਲਚਾ ਤਾੜਦਾ ਸਾਰਾ ਪਾਣੀ ਤੋਂ ਬਚ ਸਕਦਾ। ਪ੍ਰਸ਼ਾਸਨ ਅੱਗੇ ਇਹੀ ਮਿਹਨਤ ਕਰਦੇ ਹਾਂ, ਕਿਉਂ ਸਾਨੂੰ ਵੱਧ ਤੋਂ ਵੱਧ 30,000 ਤੋਂ ਘੱਟ ਨਾ ਦਿੱਤਾ ਜਾਵੇ ਮਾਜਵਾ, ਜੇਕਰ ਸਾਡੇ ਪਹਿਲੇ ਕੁਛ ਤਾਂ ਪੈਂਦਾ। ਕਿਉਂ ਸਾਰਾ ਹੀ ਖਰਚਾ ਟੋਟਲ ਕਰ ਚੁੱਕਿਆ, ਸਾਡਾ ਹੁਣ 15 ਦਿਨਾਂ ਬਾਅਦ ਕੰਪੇਨ ਹੀ ਚੱਲਣੀ ਸੀ, ਹੋਰ ਇਸ ਬਾਰ ਸਾਡਾ ਖਰਚਾ ਟੋਟਲ ਹੋ ਚੁੱਕਾ। ਦੇਖੋ ਡੀਜ਼ਲ ਦਾ ਕੀ ਰੇਟ ਚੱਲ ਚੁੱਕਾ, ਸਾਡੇ ਪੱਲੇ ਕੱਖ ਨਹੀਂ ਪੈ ਰਿਹਾ ਕੱਖ ਵੀ। ਮੇਰਾ ਪਿੰਡ ਜੀ, ਪਿੰਡ ਪੰਬਾ ਜੀ ਰਹਿਣ ਵਾਲਾ, ਮੇਰੀ ਵਾਸੀ ਤਾਂ ਪੰਬਾ ਜੀ, ਅਤੇ ਬਾਕੀ ਰਕਬਾ ਹੈਗਾ ਬੰਦੂਕ ਤਾਰ ਦਾ ਜੀ, ਘੱਟ ਤੋਂ ਘੱਟ 400 ਕਿੱਲਾ ਡੁੱਬ ਗਿਆ ਜੀ ਬੰਦੂਕ ਚ ਤਾਰ ਕੱਲੇ ਦਾ। ਦੋਨਾਂ ਤੇਲੂ ਮਾਲ ਕਿਹੜਾ ਉਹਦਾ ਅਲੱਗ ਡੁੱਬਿਆ, ਅਤੇ ਕੱਲ੍ਹ ਅਸੀਂ ਜੀਸਾ ਵੀ ਕੱਲ੍ਹ ਆਏ ਸੀ, ਉਹਦੇ ਅੱਗੇ ਮੰਗ ਵੀ ਕੀਤੀ ਸੀ ਵੀ ਇੱਕ ਕੜੀ ਨੋਚ ਇਹਨਾਂ ਵੀ ਨੋਚ ਕਿੰਨੇ 2.65 ਹੈ ਉਹ ਵੀ ਅੱਗੇ ਕੀਤੀ ਜਾਣੀ ਚਾਹੀਦੀ, ਵੀ ਰਕਬਾ ਤਾਂ ਬਚ ਸਕਦਾ। ਅਸੀਂ ਕਿਸਾਨਾਂ ਨੇ ਆਪਦਾ ਖਰਚਾ ਕਰਕੇ ਬੰਨ ਮਣੇ ਕੰਢੇ 'ਤੇ ਬੰਨਿਆ ਸੀ, ਕੱਲ੍ਹ ਬੰਨ੍ਹਦੇ ਪਏ ਸੀ ਬੰਨ ਕੇ, ਅਤੇ ਰਾਤ ਨੂੰ ਗਾਇਆ ਅਤੇ ਰਾਤ ਨੂੰ ਪਾਣੀ ਵਧਣ ਕਾਰਨ ਆਪਦੀ ਕੋਈ ਮੋਟਰ ਨਹੀਂ ਬਚੀ, ਕੋਈ ਝੋਨਾ ਨਹੀਂ ਬਚਿਆ, ਸਾਰਾ ਨਾਲ ਰਾਤ ਨੂੰ ਬੰਨ ਟੁੱਟ ਗਿਆ। ਅਤੇ ਅਸੀਂ ਮੰਗ ਕਰਨੇ ਸਰਕਾਰ ਤੋਂ ਬੇਨਤੀ ਕਰਕੇ ਵੀ ਇਹਦੇ 'ਤੇ ਆ, ਅਤੇ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ। DC ਸਾਹਿਬ ਕਿਹੜਾ ਪਟਵਾਰੀ ਹੈ, ਪਟਵਾਰੀ ਨੂੰ ਵੇਲੇ ਦਾ ਅਸੀਂ 8 ਵਜੇ ਦਾ ਫੋਨ ਲਾ ਦਿੱਤਾ, ਕੋਈ ਪਟਵਾਰੀ ਅਜੇ ਤੱਕ ਨਹੀਂ ਹੁੰਦਾ ਪਹੁੰਚਿਆ, ਅਜੇ ਤੱਕ ਵੀ ਕੋਈ ਨਹੀਂ ਪਹੁੰਚਿਆ ਪ੍ਰਸ਼ਾਸਨ।